ਤੁਹਾਨੂੰ ਰੇਟ ਦੱਸਾਂਗੇ ਜਿਹੜੇ ਬੜੇ ਬੜੇ ਡੀਲਰ ਆਪਣੇ ਆਪ ਨੂੰ ਉਲਾਏ ਵਾਲੇ ਘੈਂਟ ਬਣਦੇ ਨੇ ਠੱਗਦੇ ਨੇ। ਇਹਦੀ ਸ਼ੇਪ ਦੇਖ ਲਓ ਤੁਸੀਂ, ਇਹ ਇੱਥੋਂ ਵੀ ਬਾਹਰ ਨਿਕਲਦਾ ਇਹ। ਆਹ ਦੇਖੋ ਇਹ ਹੈਗਾ ਡੁਪਲੀਕੇਟ 17 ਇੰਚ। ਆਹ ਦੇਖੋ ਇਹਦੀ ਲੁੱਕ ਦਾ ਅਲੱਗ ਫਰਕ ਹੈ। ਆਹ ਦੇਖੋ ਇਹ ਹੈਗਾ ਓਰਿਜਿਨਲ 20 ਇੰਚ। ਆਹ ਡਿਜ਼ਾਇਨ ਦੇਖ ਲਓ, ਜੇ ਮੇਰੇ ਕਿਸੇ ਵੀਰ ਭਾਈ ਨੇ ਪਵਾਉਣੇ ਹੋਣ, ਆਹ ਸਾਰੇ 22 ਇੰਚ 'ਚ ਪਏ ਨੇ। ਸਾਈਜ਼ ਦੇਖੋ, ਗੱਡੀ 'ਚ ਪਾਇਆ ਤਾਂ ਕੁਝ ਵੀ ਨਹੀਂ ਲੱਗਦਾ ਹੈ। ਹਾਂ ਸਾਈਜ਼ ਦੇਖੋ, ਇੰਨੀ ਚੜਾਈ ਹੈ ਗਿੱਠ ਤੋਂ ਵੱਧ। ਗੱਡੀ 'ਚ ਪਾਇਆ ਹੋਇਆ ਤਾਂ ਕੁਝ ਵੀ ਨਹੀਂ ਲੱਗਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਚੱਲੇ ਹਾਂ ਲੁਧਿਆਣੇ ਗੱਡੀ ਦਾ ਟਾਇਰ ਚੇਂਜ ਕਰਾਉਣ। ਆਪਣੀ ਐਂਡੈਵਰ ਦਾ ਟਾਇਰ ਸਾਈਡ ਤੋਂ ਫਟ ਗਿਆ ਤਾ, ਅਤੇ ਚੇਂਜ ਕਰਾਉਂਦੇ ਹਾਂ। ਬੁੱਕ ਕਰਵਾਇਆ ਹੋਇਆ ਤਾ, ਕਿਉਂਕਿ ਇੱਕ ਪੀਸ ਬਹੁਤ ਔਖਾ ਮਿਲਦਾ। ਤੁਹਾਨੂੰ ਰੇਟ ਦੱਸਾਂਗੇ ਜਿਹੜੇ ਬੜੇ ਬੜੇ ਡੀਲਰ ਆਪਣੇ ਆਪ ਨੂੰ ਉਲਾਏ ਵਾਲੇ ਘੈਂਟ ਬਣਦੇ ਨੇ, ਠੱਗਦੇ ਨੇ, ਬਹੁਤ ਘੱਟ ਰੇਟ 'ਚ ਆਉਂਦੇ ਨੇ ਵੀਰੇ ਟਾਇਰ। ਤੁਹਾਨੂੰ ਮੈਂ ਦੱਸੂੰਗਾ ਕਿੰਨੇ 'ਚ ਪਵਾਇਆ ਆਪਾਂ ਨੇ, 4 ਟਾਇਰ ਕਿੰਨੇ ਦੇ, 1 ਆਪਾਂ ਨੂੰ ਕਿੰਨੇ ਦਾ ਮਿਲਿਆ, ਅਲਾਏ ਕਿੰਨੇ ਦੇ ਆ। ਜਿਹੜੇ ਕਈ ਬਾਹਲੇ ਹੀ ਆਪਣੇ ਆਪ ਨੂੰ ਫੇਮਸ ਬਣਦੇ ਨੇ, ਕਹਿੰਦੇ ਆ 3.5 ਲੱਖ ਦੇ ਪਵਾ ਲਏ, 4 ਲੱਖ ਦੇ ਪਵਾ ਲਏ। ਤੁਹਾਨੂੰ ਦੱਸਦਾ ਮੈਂ 26 ਇੰਚ ਟਾਇਰ ਅਤੇ ਅਲਾਏ ਮਿਲਦੇ ਆ। ਫਿਰ ਅੱਗੇ ਤੁਹਾਨੂੰ ਟਾਇਰ ਵੀ ਦਿਖਾਉਣਾ ਜਿੱਥੋਂ ਫਟਿਆ ਹੋਇਆ, ਅੱਗੇ ਜਾ ਕੇ ਥੱਲੇ ਉੱਤਰ ਕੇ ਦਿਖਾਉਣਾ। ਆਪਾਂ ਜਿੰਮ ਤੋਂ ਆ ਗਏ ਅਤੇ ਸਿੱਧਾ ਟਾਇਰ ਪਵਾਉਣ, ਅਤੇ ਆਪਾਂ ਭੁੱਖ ਲੱਗੀ ਹੈ, ਕੁਛ ਖਾਣ ਲੱਗੇ ਹਾਂ, KFC ਤੋਂ ਕੁਛ ਖਾਵਾਂਗੇ। ਦੇਖਦੇ ਹਾਂ ਹੁਣ ਕਿਆ ਲੈ ਕੇ ਆਉਂਦਾ ਸਨੀ, ਅਤੇ ਤੁਹਾਨੂੰ ਟਾਇਰ ਵੀ ਦਿਖਾ ਦਿੰਦਾ ਮੈਂ ਕਿੱਥੋਂ ਫਟਿਆ ਹੋਇਆ, ਕਿੰਨਾ ਕੁ ਫਟਿਆ ਹੋਇਆ, ਅਤੇ ਦੇਖਿਓ। ਹਾਂ ਅੱਛਾ, ਅਤੇ ਆਪਣਾ ਟਾਇਰ ਫਟਿਆ ਹੋਇਆ ਇੱਥੋਂ। ਆਹ ਦੇਖੋ, ਆਹ ਦੇਖੋ ਬਿਲਕੁਲ ਕਿਨਾਰੀ ਤੋਂ ਗਿਆ ਹੋਇਆ ਇਹ, ਕਿਸੇ ਵੀ ਟਾਈਮ ਇਹਦਾ ਧੱਕਾ ਪੈ ਸਕਦਾ, ਤੁਸੀਂ ਦੇਖ ਸਕਦੇ ਹਾਂ, ਕਿਸੇ ਵੀ ਟਾਈਮ ਇਹਦਾ ਪਟਾਕਾ ਪੈ ਸਕਦਾ। ਉਹਦੇ ਕਰਕੇ ਹੁਣ ਚੇਂਜ ਕਰਾਉਣ ਚੱਲੇ ਹਾਂ, ਅਤੇ ਤੁਹਾਨੂੰ ਦੱਸਾਂਗੇ ਰੇਟ ਰੂਟ ਬਾਅਦ 'ਚੋਂ ਦੱਸਾਂਗੇ, ਬਾਕੀ ਦੇਖੀ ਜਾਇਓ। ਲਓ ਜੀ ਵੀਰਾ, ਸਮਾਨ ਲੈ ਕੇ ਆ ਚੁੱਕਿਆ, ਅਤੇ ਖਾਂਦੇ ਹਾਂ ਹੁਣ, ਖਾ ਪੀ ਕੇ ਚੱਲਾਂਗੇ। ਕਿਆ ਸਰ ਆਪਕਾ ਆਰਡਰ? ਹਾਂ ਹਾਂ ਲਿਆਓ ਲਿਆ, ਚੱਲ ਆ ਜਾ ਤੂੰ ਵੀ ਨਾਲੇ ਖਾ ਲਾ ਯਾਰ। ਚੱਲ ਸਰ ਮੈਂ ਖਾ ਕੇ ਫਿਰ ਡਿਊਟੀ ਕਰਨੀ ਸੀ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿਆ ਲੈ ਕੇ ਆਉਂਦਾ, ਦਿਖਾਈ ਦਾ ਪਹਿਲਾਂ। ਲਓ ਜੀ ਚਿਕਨ ਸਟ੍ਰਿਪਸ, ਆਰਾਮ ਲਾ ਤਾਂ ਆਪਣੇ ਕੰਮ ਦੀ ਹੈ ਨਹੀਂ, ਚਿਕਨ ਤਾਂ ਮੈਂ ਖਾਂਦਾ ਨਹੀਂ ਹੈਗਾ, ਠੀਕ ਹੈ। ਅਤੇ ਵਿੱਚ ਰਾਈਸ ਨੇ, ਰਾਈਸ ਬਾਊਲ, ਹਾਂ ਇਹ ਖਾਊਂਗਾ ਮੈਂ, ਵਿੱਚ ਉਹ ਨੇ ਪੌਪਕੋਰਨ ਜੀ, ਠੀਕ ਆ। ਅਤੇ ਚਲੋ ਹੁਣ ਖਾ ਪੀ ਕੇ ਚੱਲਦੇ ਹਾਂ, ਆਪਾਂ ਮਿਲਦੇ ਹਾਂ ਅੱਗੇ ਜਾ ਕੇ। ਟ੍ਰੈਫਿਕ ਦੇ ਹਿਸਾਬ ਨਾਲ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਆਪਾਂ ਪਹੁੰਚ ਗਏ ਲੁਧਿਆਣੇ, ਅਤੇ ਆਪਾਂ ਹੁਣ ਸਿੱਧੇ ਤੁਹਾਨੂੰ ਅਲਾਇਆਂ ਦੇ ਡਿਜ਼ਾਇਨ ਦਿਖਾਉਂਦੇ ਹਾਂ ਪਹਿਲਾਂ ਜਾ ਕੇ, ਫਿਰ ਟਾਇਰ ਕਢਾਵਾਂਗੇ ਆਪਣਾ, ਫਿੱਟ ਕਰਾਵਾਂਗੇ। ਕਈ ਵਾਰ ਅਲਾਏ ਵੀ ਪਸੰਦ ਆ ਜਾਂਦੇ ਆ, ਵੀ ਚੇਂਜ ਵੀ ਹੋ ਸਕਦੇ ਨੇ ਮੂਡ, ਮੂਡ ਦਾ ਕੁਛ ਨਹੀਂ ਪਤਾ, ਵੀ ਅਲਾਏ ਵੀ ਚੇਂਜ ਹੋ ਸਕਦੇ ਆ 26 ਇੰਚ ਜੇ ਸਾਨੂੰ ਕੋਈ ਡਿਜ਼ਾਇਨ ਵਧੀਆ ਮਿਲ ਗਿਆ, ਅਤੇ ਨਹੀਂ ਫਿਰ ਚਲੋ ਟਾਇਰ ਤਾਂ ਪਵਾਉਣਾ ਹੀ ਆਪਾਂ ਨੇ। ਤੁਹਾਨੂੰ ਰੇਟ ਵੀ ਦੱਸਾਂਗੇ ਸਾਰਾ ਕੁਛ, ਦੇਖਿਓ ਸ਼ੁਰੂ ਤੋਂ ਐਂਡ ਤੱਕ ਬਲੌਗ ਨੂੰ। ਮਿਲਦੇ ਹੁਣ ਆਪਾਂ ਸ਼ੌਪ 'ਤੇ ਜਾ ਕੇ, ਸ਼ੌਪ ਤੁਹਾਨੂੰ 1 ਕਿੰਡ ਨਹੀਂ ਦਿਖਾਉਣੀ। ਇੰਸਟਾਗ੍ਰਾਮ ID 'ਤੇ ਮੈਨੂੰ ਮੈਸੇਜ ਕਰਿਓ ਜਿਹਨੇ ਵੀ ਟਾਇਰ ਅਲਾਏ ਸਸਤੇ ਪਵਾਉਣੇ ਆ, ਰੇਟ ਮੈਂ ਤੁਹਾਨੂੰ ਦੱਸ ਦੂੰਗਾ ਉੱਥੇ, ਰੇਟ ਤਾਂ ਮੈਂ ਤੁਹਾਨੂੰ ਬਲੌਗ 'ਚ ਦੱਸ ਦੇਣਾ, ਪਰ ਉੱਥੇ ਦੱਸ ਦੂੰਗਾ ਕਿੱਥੋਂ ਮਿਲਣੇ ਨੇ, ਨੰਬਰ ਦੇ ਦੂੰਗਾ ਮੁੰਡੇ ਦਾ, ਅਤੇ ਪਵਾ ਲਿਓ ਆਪਣੇ ਜਾ ਕੇ ਜੋ ਵੀ ਪਸੰਦ ਆਏ, ਅਤੇ ਤੁਹਾਨੂੰ ਦੱਸਦਾ ਫਿਰ ਅੱਗੇ। ਆਪਣਾ ਟਾਇਰ ਆ ਗਿਆ, ਅਤੇ ਸਾਈਜ਼ ਦੇਖੋ, ਗੱਡੀ 'ਚ ਪਾਇਆ ਤਾਂ ਕੁਝ ਵੀ ਨਹੀਂ ਲੱਗਦਾ ਹੈ। ਹਾਂ ਸਾਈਜ਼ ਦੇਖੋ, ਇੰਨੀ ਚੜਾਈ ਹੈ ਗਿੱਠ ਤੋਂ ਵੱਧ। ਗੱਡੀ 'ਚ ਪਾਇਆ ਹੋਇਆ ਤਾਂ ਕੁਝ ਵੀ ਨਹੀਂ ਲੱਗਦਾ, ਅਤੇ ਤੁਹਾਨੂੰ ਰੇਟ ਵਿੱਚ ਜੀ ਲੱਗ ਜੂਗਾ। ਨਹੀਂ ਨਹੀਂ ਕਾਹਨੂੰ ਪੰਗਾ ਕਰਨਾ, ਉਹ ਨਹੀਂ, ਅਤੇ ਤੁਹਾਨੂੰ ਅਲਾਏ ਦਿਖਾਉਂਦਾ ਮੈਂ। ਜੇ ਕਿਸੇ ਨੇ 20 ਇੰਚ ਓਰਿਜਿਨਲ ਪਵਾਉਣੇ ਨੇ, ਆਹ ਇਹ 20 ਇੰਚ ਦਾ ਵੀ ਹੈਗੇ ਪਏ ਨੇ ਇੱਥੇ, ਅਤੇ ਆਹ ਦੇਖ ਲਓ 18 ਲਈ ਆਹ 22 ਇੰਚ ਪਏ ਨੇ, ਆਹ ਸਾਰੇ 22 ਇੰਚ ਨੇ। 22 ਇੰਚ 'ਚ ਆਹ ਡਿਜ਼ਾਇਨ ਦੇਖ ਲਓ, ਜੇ ਮੇਰੇ ਕਿਸੇ ਵੀਰ ਭਾਈ ਨੇ ਪਵਾਉਣੇ ਹੋਣ, ਆਹ ਸਾਰੇ 22 ਇੰਚ 'ਚ ਪਏ ਨੇ, ਅਤੇ 24 'ਚ ਪਏ ਨੇ ਆਹ ਕੈਡੀਲੈਕ ਵਾਲੇ, ਜਿਹੜਾ ਤੁਸੀਂ ਅੱਗੇ ਦੇਖੇ ਹੀ ਨੇ, ਉਹ ਵੀ 24 'ਚ ਪਏ ਆ, ਆਹ ਵੀ 24 'ਚ ਪਏ ਆ।
ਤੇ ਤੁਹਾਨੂੰ ਇੱਕ ਹੋਰ ਦਿਖਾਉਣਾ ਜਿਹੜੇ ਆਪਣੇ ਡਰਾਈਵਰ 'ਚ ਪਏ ਆ ਉਹ 17 ਇੰਚ ਵੀ ਆ ਗਏ ਪਰ ਉਹ ਕਾਪੀ ਆ ਉਹ ਵੀ ਤੁਹਾਨੂੰ ਦਿਖਾਉਣਾ ਆ 17 ਇੰਚ ਦੇ ਲੱਗੇ ਹੋਏ ਨੇ ਇਹ ਆਹ ਨੇ 17 ਇੰਚ ਇਹ ਕਾਪੀ ਹੈ ਕਾਪੀ ਦਾ ਫਰਕ ਆਹ ਨਟ ਨੇ ਇਹਦੇ ਬਾਹਰ ਉਹਨਾਂ 'ਤੇ ਕੈਪ ਚੜ੍ਹੀ ਹੋਈ ਹੈ ਆਹ ਦੇਖ ਤਾਂ ਵੀਰੇ ਆਹ ਬਾਹਲੇ ਘੈਂਟ ਲੱਗਦੇ ਨੇ ਹਨਾ BBS पता नहीं भीरे ये हाँ 16-17 होगा तो एक ना थोनू 17 इंच डुप्लीकेट लाए पे जो थोनू पहले दिखाया था उस ओरिजिनल च फर्क दिखाने हैं काफ़ी फर्क लगता है हाँ दोनों सीधे आ देखो 17 इंच है भीरे इन खड़े कर दोनों खड़े कर ਇਹਦੀ ਸ਼ੇਪ ਦੇਖ ਲਓ ਤੁਸੀਂ ਇਹ ਇੱਥੋਂ ਵੀ ਬਾਹਰ ਨਿਕਲਦਾ ਇਹ ਆਹ ਦੇਖੋ ਇਹ ਹੈਗਾ ਡੁਪਲੀਕੇਟ 17 ਇੰਚ ਆਹ ਦੇਖੋ ਇਹਦੀ ਲੁੱਕ ਦਾ ਅਲੱਗ ਹੀ ਫਰਕ ਹੈ ਆਹ ਦੇਖੋ ਇਹ ਹੈਗਾ ਓਰੀਜਨਲ 20 ਇੰਚ ਆਪਾਂ ਆਪਣੀ ਆਡੀ ਨੂੰ ਫਿੱਟ ਕਰਾਵਾਂਗੇ ਹੁਣ ਉਹ ਲੈ ਜਾ ਵੀਰੇ ਉੱਥੇ ਰੱਖ ਦਿੰਦੇ ਹਾਂ ਬਸ ਭਾਜੀ ਹਾਂਜੀ ਹਾਂਜੀ ਬਸ ਬਸ ਤਸੱਲੀ ਹੈ ਜੀ ਅਤੇ ਇਹਨਾਂ ਦਾ ਰੇਟ ਵੀ ਤੁਹਾਨੂੰ ਦੱਸਦਾ 17 ਇੰਚ ਜੇ ਕਿਸੇ ਨੇ ਪਵਾਉਣੇ ਹੋਏ 20 ਇੰਚ ਦਾ ਵੀ ਹੁਣ ਮੈਂ ਪੁੱਛਿਆ ਅਤੇ ਦੱਸਦੇ ਹਾਂ ਤੁਹਾਨੂੰ ਵਿਦ ਟਾਇਰ ਦੱਸਾਂਗੇ ਦੇਖਿਓ ਅੱਗੇ ਫਿਰ ਰੇਟ ਤਾਂ ਯਾਰ ਕਾਫੀ ਫਰਕ ਹੈ ਅਲਾਏ ਸੋਹਣੇ ਵੀ ਬੜੇ ਨੇ ਆਪਣਾ ਟਾਇਰ ਹੋ ਗਿਆ ਜੀ ਚੇਂਜ ਰੇਟ ਤੁਹਾਨੂੰ ਦੱਸਦੇ ਹਾਂ ਮਾੜਾ ਜਿਹਾ ਇੱਧਰ ਕੰਮ ਜਿਹਾ ਨਿਬੇੜਦੀ ਹੈ ਅਤੇ ਆਪਣਾ ਟਾਇਰ ਹੋ ਗਿਆ ਜੀ ਫਿੱਟ ਆਪਾਂ ਚੱਲੇ ਘਰ ਨੂੰ ਆਪਣਾ ਟਾਇਰ ਪਿਆ ਏ 26 ਇੰਚ 17,000 ਦਾ ਬਹੁਤ ਜਗ੍ਹਾ ਪਤਾ ਕੀਤਾ ਕੋਈ ਵੀ ਕੋਈ ਕਹਿੰਦਾ 24,500 ਕੋਈ ਕਹਿੰਦਾ 25,000 ਅਤੇ ਤੁਸੀਂ ਦੇਖ ਲਓ ਇੱਕ ਟਾਇਰ ਮਗਰ 7,500-8,000 ਦਾ ਫਰਕ ਅਤੇ ਅਲਾਏ ਵੀ ਵਧੀਆ ਰੇਟ ਨੇ ਅਤੇ 20 ਇੰਚ ਅਲਾਏ ਜਿਹੜੇ ਓਰੀਜਨਲ ਨੇ 20 ਇੰਚ ਅਲਾਏ ਇਹਦੇ ਨਾਲ ਦੇ ਸੇਮ ਉਹ ਹੈਗੇ ਨੇ 95,000 ਦੇ ਅਤੇ ਟਾਇਰ ਹੈਗਾ ਉਹ 8,000 ਦਾ ਇੱਕ ਟਾਇਰ 95,000 ਦੇ 4 ਅਲਾਏ ਇੱਕ ਟਾਇਰ 8,000 ਦਾ 8-9,000 ਦਾ ਉਹ ਤੁਸੀਂ ਦੇਖ ਲਿਓ ਟੋਟਲ ਲਾ ਕੇ ਕਿੰਨਾ ਜਿਹੜੀ ਕਾਪੀ ਹੈ ਉਹ ਹੈਗੀ 55,000 ਦੀ ਅਤੇ 8,000 ਦਾ ਟਾਇਰ 55,000 ਦੇ 4 ਅਲਾਏ ਅਤੇ ਬਾਕੀ ਦੇਖ ਲਓ ਹੁਣ ਕਿੰਨਾ ਫਰਕ ਹੈ ਪਹਿਲਾਂ ਕਈ ਦੁਕਾਨਦਾਰ ਤਾਂ ਦੂਜਿਆਂ ਦਾ ਹੀ ਜਿਹੜੇ ਕਾਪੀ ਨੇ ਉਹਨਾਂ ਨੂੰ ਇਹ ਲੱਖ 'ਚ ਵੇਚੀ ਗਏ ਹੈ ਅਤੇ ਬਾਕੀ ਮਾਰਿਓ ਟਰਾਈ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਲਿਓ ਮੈਂ ਤੁਹਾਨੂੰ ਮੁੰਡੇ ਦਾ ਨੰਬਰ ਦੇ ਦੂੰਗਾ ਅਤੇ ਉਹਦੇ ਨਾਲ ਗੱਲ ਕਰ ਲਿਓ ਤੁਹਾਨੂੰ ਜਿੰਨਾ ਮੈਂ ਰੇਟ ਦੱਸਿਆ ਉਨੇ ਜੇ ਪੈਣਗੇ ਉਹ ਤੋਂ ਵੱਧ ਨਹੀਂ ਲੱਗਣਗੇ ਇੰਸਟਾਗ੍ਰਾਮ 'ਤੇ ਕਰ ਲਿਓ ਮੈਸੇਜ ਆਈਡੀ ਮੈਂ ਮੂਹਰੇ ਲਾਊਂਗਾ ਅਤੇ ਬਾਕੀ ਮਿਲਦੇ ਹਾਂ ਹੁਣ ਅਗਲੇ ਵਲੌਗ 'ਚ ਬਾਕੀ ਤੁਸੀਂ ਦੇਖ ਲਿਆ ਡੁਪਲੀਕੇਟ ਅਤੇ ਓਰੀਜਨਲ 'ਚ ਫਰਕ ਟਾਇਰਾਂ ਦੇ ਰੇਟਾਂ 'ਚ ਫਰਕ ਅਤੇ ਜੇ ਰੇਟ ਤੁਹਾਨੂੰ ਸਹੀ ਲੱਗੇ ਤਾਂ ਕਮੈਂਟ ਕਰਿਓ ਦੱਸਿਓ ਸਾਨੂੰ ਕਿਤੋਂ ਹੋਰ ਸਸਤੇ ਵੀ ਮਿਲਦੇ ਹੈ ਕਿ ਨਹੀਂ ਠੀਕ ਨਹੀਂ ਕਿਉਂਕਿ ਅਸੀਂ ਜਿੰਨਿਆਂ ਕੋਲ ਅਸੀਂ ਪੁੱਛਿਆ ਸਾਨੂੰ ਤਾਂ 24,500-25,000 ਦਾ ਇੱਕ ਟਾਇਰ ਦੱਸਿਆ 26 ਇੰਚ ਜਿਹੜਾ ਅੱਜ ਸਾਨੂੰ 17,000 ਦਾ ਮਿਲਿਆ ਅਤੇ ਬਾਕੀ ਜਿਹੜੇ ਮੇਰੇ ਵੀਰ ਨੂੰ ਅਲਾਏ ਜਾਂ ਟਾਇਰ ਚਾਹੀਦੇ ਹੋਏ ਇਹਦੇ ਨਾਲ ਦੇ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਅਤੇ ਫਿਰ ਮੈਂ ਤੁਹਾਨੂੰ ਦੱਸ ਦੂੰਗਾ ਕਿੱਥੋਂ ਲਿਓ ਕਿੱਥੋਂ ਨਹੀਂ ਅਤੇ ਚਲੋ ਜੀ ਮਿਲਦੇ ਹਾਂ ਅਗਲੇ ਵਲੌਗ 'ਚ ਹੁਣ ਆਪਾਂ ਹੋ ਗਏ ਥੋੜ੍ਹਾ ਜਿਹਾ ਲੇਟ ਬੰਦੇ ਸਾਡੇ ਸੁਸਤ ਹੋ ਗਏ ਥੋੜ੍ਹੇ ਜਿਹੇ ਹੈਂ ਸੁਸਤੀ 'ਚ ਆ ਗਈ 4 ਵਾਰੀ ਕੌਫੀ ਪੀ ਗਏ ਇਹ ਅਤੇ ਹਲੇ ਵੀ ਸੁਸਤ ਨੇ ਅਤੇ ਕੌਫੀ ਨੇ ਵੀ ਦੇਖ ਲਓ ਇਹਨਾਂ ਦੀ ਸੁਸਤੀ ਨਹੀਂ ਤਾਰੀ ਇਹ ਜੀ ਨੀਂਦ ਆਈ ਹੋਈ ਹੈ ਇਹਨਾਂ ਨੂੰ ਠੀਕ ਹੈ ਕੌਫੀ ਸੈਂਡਵਿਚਾਂ ਨੂੰ ਦੇ ਤਾ ਇਹਨਾਂ ਨੇ ਗੇੜਾ ਅਤੇ ਚਲੋ ਹੁਣ ਮਿਲਦੇ ਹਾਂ ਅਗਲੇ ਵਲੌਗ 'ਚ ਚੱਲਦੇ ਹਾਂ ਹੁਣ ਘਰ ਨੂੰ